ਪੰਜਾਬ ਵਿੱਚ ਮੁੜ ਸੱਤਾ ਵਿੱਚ ਆਈ ਕੈਪਟਨ ਸਰਕਾਰ ਦੇ ਸਰਕਾਰ ਬਣੀ ਨੂੰ 2 ਮਹੀਨੇ ਪੂਰੇ ਹੋ ਚੁੱਕੇ ਨੇ ਅਤੇ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਗਏ ਸਨ ਪਰ ਸਰਕਾਰ ਵੱਲੋਂ ਕੀਤੇ ਇਹਨਾਂ ਵਾਅਦਿਆਂ ਤੇ ਨੁਕਤਾਚੀਨੀ ਦਾ ਦੌਰ ਸ਼ੁਰੂ ਹੋ ਗਿਆ ਹੈ। ਪਟਿਆਲਾ ਤੋਂ ਸਾਂਸਦ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਬਣੀ 2 ਮਹੀਨੇ ਹੋ ਚੱਲੇ ਨੇ ਪਰ ਸਰਕਾਰ ਨੇ ਕੋਈ ਦਰਸ਼ਨੀ ਕਾਰਵਾਈ ਨਹੀਂ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਅੱਜ ਵੀ ਖੁਦਕੁਸ਼ੀਆਂ ਵੱਲ ਵੱਧ ਰਿਹਾ ਅਤੇ ਕਿਸਾਨਾਂ ਦੇ ਕਰਜ਼ਾ ਮੁਆਫੀ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਹੁਣ ਜਿਹੜੀ ਪਹਿਲਾਂ ਹਨੀਮੂਨ ਪੀਰੀਅਡ ਤੋਂ ਓਵਰ ਹੋ ਗਿਆ ਹੈਗਾ, ਜਿੱਦ ਤੱਕ ਕਾਰਗੇ ਤਲ ਅਜੇ ਕੋਈ ਦਰਸ਼ਨੀ ਕਾਰਵਾਈਆਂ ਕੀਤੀਆਂ ਹੈਗੀਆਂ। ਪੰਜਾਬ ਜੋ ਕਾਨੂੰਨ ਦਾ ਰਾਜ ਹੈ ਅਜੇ ਪੂਰੀ ਸਥਾਪਿਤ ਨਹੀਂ ਹੋ ਸਕਿਆ, ਅਜੇ ਵੀ ਘਟਨਾਵਾਂ ਉਸ ਤਰ੍ਹਾਂ ਬਦਸਤੂਰ ਜਾਰੀ ਹੈਗੀ ਹੈ। ਜਿਹੜੀਆਂ ਕਿਸਾਨ ਖੁਦਕੁਸ਼ੀਆਂ ਹੈਗੀਆਂ ਉਹਨਾਂ 'ਤੇ ਕੋਈ ਠੱਲ ਨਹੀਂ ਪਈ। ਹਰ ਰੋਜ਼ ਦੋ ਤਿੰਨ ਕਿਸਾਨ ਖੁਦਕੁਸ਼ੀ, ਔਰ ਹੁਣ ਤੱਕ 48 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹੈਗੇ ਆ। ਸਰਕਾਰ ਨੂੰ ਫੌਰੀ ਤੌਰ 'ਤੇ ਇੱਕ ਰਾਹਤ ਦੇ ਤੌਰ 'ਤੇ ਜਿਹੜੇ 5 ਏਕੜ ਤੋਂ ਘੱਟ ਵਾਲੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਰਾਹਤ ਦੇਣੀ ਚਾਹੀਦੀ ਹੈਗੀ ਹੈ।